हाँ जी दोस्तों, स्वागत है ਤੁਹਾਡਾ ਸਾਡੇ YouTube ਚੈਨਲ ਤੇ। ਅੱਜ ਦੋਸਤੋ ਆਪਾਂ ਗੱਲ ਕਰਦੇ ਆਂ ਜਿਨ੍ਹਾਂ ਐਨੀਮਲਾਂ ਨੂੰ ਵਾਰ-ਵਾਰ ਮਸਟਾਈਟਿਸ ਆਉਂਦਾ ਆ ਤੇ ਆਰਾਮ ਨਹੀਂ ਆਉਂਦਾ। ਜਿੱਦਾਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆਂ, ਇਹ ਆਪਣੀ ਮੱਸੀ ਆ ਤੇ ਇਹਦਾ ਜਿਹੜਾ ਤੁਸੀਂ ਦੇਖ ਸਕਦੇ ਆਂ ਲੇਵਾ ਸੁੱਜਾ ਹੋਇਆ ਆ ਤੇ ਇਹ ਵਾਰ-ਵਾਰ ਇਹਨੂੰ ਮਸਟਾਈਟਿਸ ਆ ਜਾਂਦਾ। ਤੇ ਜਿਹੜਾ ਤੁਸੀਂ ਟੀਕਾ ਦੋਸਤੋ ਦੇਖਦੇ ਆਂ ਵੀਡੀਓ ਦੇ ਵਿੱਚ, ਇਹਦਾ ਨਾਂ ਕੁਐਟਨ ਆ ਤੇ ਆਪਾਂ ਇਹਦੀ ਵਰਤੋਂ ਕੀਤੀ ਸੀ ਟੀਕੇ ਦੀ। ਇਹਦਾ ਰਿਜ਼ਲਟ ਬਹੁਤ ਵਧੀਆ ਆ। ਜੇ ਲੇਵੇ ਵਿੱਚ ਸੋਜ ਆ ਜਾਵੇ, ਮਸਟਾਈਟਿਸ ਜ਼ਿਆਦਾ ਹੋ ਜਾਵੇ ਤਾਂ ਫਿਰ ਇਹ ਟੀਕਾ ਵਰਤਣਾ ਆ। ਅਤੇ ਇਹ ਤੁਸੀਂ ਡਾਕਟਰਾਂ ਦੀ ਸਲਾਹ ਲਈ ਇਹਦਾ 17 ml ਕਹਿੰਦੇ ਆ, ਪਰ ਆਪਾਂ ਆਪਣੇ ਫਾਰਮ 'ਤੇ ਜੋ ਤਰੀਕਾ ਵਰਤੇ ਆਪਾਂ 10 ml ਡੇਲੀ ਲਾਈਦਾ ਅਤੇ ਇਹਦੇ ਨਾਲ ਐਨ ਪਸ਼ੂ ਨੂੰ ਆਰਾਮ ਆ ਜਾਂਦਾ ਆ ਅਤੇ ਲੇਵਾ ਵੀ ਬਿਲਕੁਲ ਸਹੀ ਹੋ ਜਾਂਦਾ ਆ। ਜੋ ਛਿੱਦੀਆਂ ਆਉਣੀਆਂ ਆ, ਰਬੜ ਵਰਗੀਆਂ ਜਾਂ ਥਣ ਬੰਦ ਜਿਹਾ ਹੋ ਜਾਂਦਾ ਆ, ਇਹਨਾਂ ਸਾਰਾ ਹੀ ਐਨ A to Z ਸਾਫ਼ ਹੋ ਜਾਂਦਾ ਆ ਅਤੇ ਇਹਦਾ ਰਿਜ਼ਲਟ ਬਹੁਤ ਚੰਗਾ ਆ। ਅਤੇ ਤੁਸੀਂ ਆਪਣੇ ਮਸਟਾਈਟਿਸ ਤੋਂ ਇਸ ਪਸ਼ੂ ਵਰਤ ਸਕਦੇ ਆ ਆਪਣੇ ਪਸ਼ੂ 'ਤੇ। ਵੀਡੀਓ ਦੇਖਣ ਲਈ ਮਿਹਰਬਾਨੀ ਦੋਸਤੋ, ਧੰਨਵਾਦ ਦੋਸਤੋ, ਬਹੁਤ ਬਹੁਤ ਧੰਨਵਾਦ।